संसार को देखोगे तो गुरबाण के रास्ते से नहीं चला जा सकता। जेड़ा आदमी संसार को देखूगा गुरबाणी के रास्ते से नहीं चल सकता। संसार को देखना सी कड़ा पैदा किया साड़ी जिम्मेवारी है संसार की। जिसकी जिम्मेवारी है वो देखे संसार को, वो देख रहा है पाल के एवं नहीं छड़ दिंदा, वो देख भी रहा दे भी रहा सब कुछ कर रहा है। साडे नूं ज्यादा जिम्मेवार है, सानू फिक्र बड़ा पिया उन्हां दा लोकां दा। क्यों फिक्र पिया? अपना फिक्र क्यों नहीं पिया? जिहड़ा काम करना है वो क्यों नहीं किया? अपना फिक्र पहला रखो। ये पुन्नदान नहीं है जिन्हों तुसीं पुन्नदान समझते हो। बामण दा क्या है पुन्नदान? पंडित दी पढ़ाई है पुन्नदान। गुरबाणी कहिंदी दया जाने जी की कुछ पुन्नदान करे। उन्हां नूं ये समझाओ भी तकड़े रहो कोई नहीं, ये तां तुहाडा इम्तिहान है, तुसीं भुल्लो ना ठीक हो जाओगे। जे ओह परमेश्वर दे भाणे चलण आपे ठीक हो जाऊंगा, तूं ਫਿਰ ਤਾਂ ਉਹੀ ਠੀਕ ਤੁਹਾਡੇ ਦਿੱਤੇ ਤੇ ਕਬੀਰ ਨਹੀਂ ਹੋਣਾ ਲੱਗਦੀ ਰੰਗ ਰੋਟੀ ਖਾ ਲੈਣਗੇ। ਇਹਦਾ ਸਰਕਾਰਾਂ ਨੇ ਇਹੋ ਜਿਹਾ ਕੰਮ ਕਰਦੀ ਹੁੰਦੀਆਂ, ਸਰਕਾਰਾਂ ਇਹੋ ਜਿਹਾ ਕੰਮ ਕਰਦੀਆਂ ਜੇ ਸਿੱਟੇ ਤਾਂ ਉਹਨਾਂ ਨੇ ਰਾਜ ਕਰਨ ਹੁੰਦਾ। ਸਰਕਾਰਾਂ ਨੇ 15 ਪੈਸੇ ਦਿੰਦੀਆਂ ਨੇ, 85 ਪੈਸੇ ਖਾਂਦੀਆਂ ਨੇ। ਉਹ ਚੋ 85 ਪੈਸੇ ਤਾਂ ਹੀ ਖਾਣਗੇ ਜੇ ਗਰੀਬਾਂ ਦਾ ਨਾਂ ਲੈਣਗੇ। ਇਹ ਤਾਂ ਉਹਨਾਂ ਲੋਕਾਂ ਦੇ ਕੰਮ ਨੇ ਜਿਹਨਾਂ ਨੇ ਉਹਨਾਂ ਦੇ ਬਹਾਨੇ ਤੇ 85 ਪੈਸੇ ਖਾ ਲੈਣੇ ਨੇ। ਭਗਤਾਂ ਦਾ ਕੰਮ ਨਹੀਂ ਹੈ, ਰਵਿਦਾਸ ਨੇ ਨਹੀਂ ਇਹ ਕੰਮ ਕੀਤਾ, ਕਬੀਰ ਨੇ ਨਹੀਂ ਇਹ ਕੰਮ ਕੀਤਾ, ਗੁਰੂ ਘਰ ਨੇ ਨਹੀਂ ਇਹ ਕੰਮ ਕੀਤਾ। ਲੰਗਰ ਤਾਂ ਇਸ ਕਰਕੇ ਉੱਥੇ ਚੱਲਦਾ ਸੀ ਜਿਹੜੀ ਸੰਗਤ ਆਉਂਦੀ ਸੀ ਉਹਨੂੰ ਤਾਂ ਲੰਗਰ ਹੁਣ ਛਕਣਾ ਹੀ ਸੀ। ਦੋ ਦੋ ਚਾਰ ਚਾਰ ਦਿਨ ਰਹਿੰਦੇ ਸੀ, ਉਹਦਾ ਕਿਤੇ ਵੀ ਖਾਂਦੇ ਰੋਟੀ ਤਾਂ ਖਾਣੀ ਹੋਸੀ। ਨੱਕ ਨੱਤ ਖਤਮ ਹੱਟ ਕਿਰਤ ਧੱਕੇ ਨੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚੇ। ਜੇ ਘਰ ਰਹਿੰਦੇ ਤਾਂ ਵੀ ਉਹ ਛਕਣਾ ਸੀ, ਉੱਥੇ ਦੇ ਤਾਂ ਵੀ ਛਕਣਾ। ਪਰ ਉੱਥੇ ਕੀ ਮਿਲਦਾ ਸੀ? ਉੱਥੇ ਆਤਮਾ ਦੀ ਖੁਰਾਕ, ਸਰੀਰ ਦੀ ਖੁਰਾਕ ਸਾਡੇ ਜ਼ਿੰਮੇਵਾਰੀ ਨਹੀਂ। ਇਹਦੇ ਜਹਾਂ ਦਾਣੇ ਤਾਹਾਂ ਖਾਣੇ ਆ। ਪਹਿਲਾਂ ਰੇਟਿੰਗ ਪਹਿਲਾਂ ਵੇਚਤਾ ਉਹਨੇ ਸਰੀਰ ਦਾ। ਆਤਮਾ ਦੀ ਖੁਰਾਕ ਕਿੱਥੋਂ ਮਿਲੇ ਇਸ ਵਾਸਤੇ? ਆਤਮਾ ਦੀ ਖੁਰਾਕ ਨਹੀਂ, ਆਤਮਾ ਦੀ ਖੁਰਾਕ ਭੇਜੀ ਗਏ ਭਗਤਾਂ ਨੇ ਸੁਭਾਅ।